ਬਾਬਾ ਨਾਨਕ ਅਤੇ ਮਰਦਾਨਾ ਤੁਰੇ ਜਾ ਰਹੇ ਨੇ ਅਤੇ ਅੱਗੇ ਰਸਤੇ ਦੇ ਵਿੱਚ ਗੁੜ ਨਿਕਲ ਰਿਹਾ ਸੀ। ਗੁੜ ਗੜ ਗੜ ਦੀ ਆਵਾਜ਼ ਆਈ, ਬੜੀ ਸੋਹਣੀ ਮਹਿਕ ਆਈ ਗੁੜ ਦੀ, ਅਤੇ ਮਰਦਾਨਾ ਕਹਿੰਦਾ ਬਾਬਾ ਗੋੜੀ ਖਵਾ ਦੇ। ਮਹਾਰਾਜ ਕਹਿੰਦੇ ਹਜਾ ਛਕਾ ਲੈਂਦੇ ਹਾਂ। ਉੱਥੇ ਜ਼ਿਮੀਂਦਾਰ ਲੱਗੇ ਸੀ ਅਤੇ ਮਹਾਰਾਜ ਸਾਹਿਬ ਚਲੇ ਗਏ। ਗੁੜ ਉਬਲੇ, ਮਰਦਾਨਾ ਕਵੇ ਆਹ ਆਨੰਦ ਆ ਗਿਆ, ਛਕਾਂਗੇ ਮੇਰੇ ਪਾਤਸ਼ਾਹ। ਕਹਿੰਦੇ ਮਰਦਾਨਿਆ ਗੁੜ ਕਹਿੰਦਾ ਹੀ ਕੁਛ? ਕਹਿੰਦਾ ਮਹਾਰਾਜ ਗੁੜ ਕਹਿੰਦਾ ਉਹ ਵੀ ਛੇਤੀ ਛੇਤੀ ਠੰਡਾ ਕਰਕੇ ਮੈਨੂੰ ਖਾ ਲਾ ਕੋ ਸਤਨਾਮਾ, ਕਿਉਂਕਿ ਜੈਸੀ ਆਸਾ ਤੈਸੀ ਮਨਸਾ, ਆਪਣੀ ਤਾਂ ਨਿਕਾਹ ਹੁੰਦੀ ਹੈ। ਕਹਿੰਦੇ ਮਹਾਰਾਜ ਹੱਸ ਪਏ ਉਸ ਵੇਲੇ, ਕਹਿੰਦੇ ਕੀ? ਕਹਿੰਦੇ ਮਹਾਰਾਜ ਕਹਿੰਦੇ ਗੁੜ ਕੀ ਕਹਿੰਦੇ? ਉਬਲਦਾ ਸੀ ਨਾ, ਗੜਗੜ ਦੀ ਆਵਾਜ਼ ਆਵੇ, ਬਾਬੇ ਦੀ ਅੰਦਰਲੀ ਅੱਖ ਸੀ ਨਾ। ਮਰਦਾਨਾ ਵੀ ਰੱਬ ਦਾ ਪਿਆਰਾ, ਆਪਣੇ ਲਈ ਇਤਿਹਾਸ ਸੀ, ਆਪਾਂ ਵੀ ਸਾਰਿਆਂ ਨੂੰ ਬਾਹਰਲੀ ਆਖਣਾ, ਮੇਰੇ ਅੰਦਰਲੀ ਅੱਖ ਤਾਂ ਰੱਬ ਪਿਆਰੇ ਵਾਲਿਆਂ ਨੂੰ ਦਿੰਦਾ ਹੈ। ਬਾਹਰਲੀ ਅੱਖ ਨੁਕਸਾਨ ਕਰ ਜਾਂਦੀ, ਅੰਦਰ ਦੀ ਅੱਖ ਫਾਇਦਾ ਹੀ ਕਰਦੀ ਹੈ। ਬਾਬਾ ਕਹਿੰਦਾ ਮਰਦਾਨਿਆ ਗੁੜ ਕਹਿੰਦਾ ਹੈ ਕੁਛ? ਕਹਿੰਦਾ ਬਾਬਾ ਮੈਨੂੰ ਤਾਂ ਇੱਕੋ ਹੀ ਗੱਲ ਸੁਣਦੀ ਵੀ ਉਹ ਕਹਿੰਦਾ ਵੀ ਛੇਤੀ ਛੇਤੀ ਮੈਨੂੰ ਛਕ ਲਓ। ਮਹਾਰਾਜ ਕਹਿੰਦੇ ਫਿਰ ਅਸੀਂ ਦੱਸੀਏ ਕੀ? ਕਹਿੰਦਾ ਰਬਾਬ ਛੇੜ। ਕਹਿੰਦਾ ਬਾਬਾ ਇੱਕ ਤਾਂ ਤੇਰੀ ਰਬਾਬ ਬੜਾ ਸਤਾਉਂਦੀ, ਜਦੋਂ ਮੈਂ ਕੁਝ ਛਕਣਾ ਹੁੰਦਾ ਕੁਝ ਕਰਨਾ ਹੁੰਦਾ ਤੂੰ ਵਿੱਚੇ ਕਹਿ ਦਿੰਦਾ ਪਹਿਲਾਂ ਰਬਾਬ ਛੇੜ। ਜਿੱਦਾਂ ਅੱਜ ਕਈ ਥਾਵਾਂ 'ਤੇ ਕਈ ਨਾਸਤਿਕ ਹੁੰਦੇ ਨਾ, ਉਹ ਕਹਿਣਗੇ ਜੀ ਪ੍ਰਸ਼ਾਦਾ ਲਾਓ, ਛੇਤੀ ਛੇਤੀ ਪ੍ਰਾਹੁਣੇ ਤੁਰੇ ਜਾਂਦੇ ਹੈ। ਇੱਕ ਬੀਬੀ ਕਹਿੰਦੀ ਪੁੱਤ ਕਾਲਾ ਕਿਉਂ ਪੈਂਦਾ, ਅਜੇ ਬਾਬੇ ਦਾ ਭੋਗ ਲੱਗਣਾ ਹੈ। ਕਹਿੰਦੇ ਬਾਬੇ ਨੂੰ ਬਾਅਦ 'ਚ ਲੱਗਦਾ, ਫਿਰ ਉਹ ਪਹਿਲਾਂ ਸਾਨੂੰ ਤਾਂ ਛਕਾ ਦਿਓ। ਕਈ ਜ਼ਿਆਦਾ ਕਾਲੇ ਹੁੰਦੇ ਨਾਲ, ਬਾਬੇ ਦਾ ਭੋਗ ਲੱਗਾ, ਗੁਰੂ ਗ੍ਰੰਥ ਸਾਹਿਬ ਕਿਹੜਾ ਰੋਟੀ ਖਾਂਦੇ ਆ? ਇਹ ਤਾਂ ਬਾਬਿਆਂ ਨੇ ਆਪਦਾ ਬਣਾਇਆ ਵੀ ਸਾਨੂੰ ਤਰਦਾ ਤਰਦਾ ਮਿਲ ਜੇ। ਕਈ ਬਹੁਤ ਮਾਰੇ ਨੂੰ ਇਹ ਵੀ ਕਹਿੰਦੇ ਗੁਰੂ ਸਾਹਿਬ ਦੇ ਸ਼ਬਦ ਆ, ਮਹਾਰਾਜ ਨੂੰ ਐਵੇਂ ਭੋਗ ਭੇਟਾ ਕਰੀ ਨੇ, ਮਹਾਰਾਜ ਨੇ ਕਿਹੜੇ ਛਕਣਾ? ਛਕਦੇ ਆ ਮਹਾਰਾਜ, ਕਿਤੇ ਭੁਲੇਖੇ 'ਚ ਨਾ ਰਹਿ ਜੇ ਉਹ। ਸਾਇੰਸਦਾਨਾਂ ਨੇ ਇਹ ਸਿੱਟਾ ਕੱਢਿਆ, ਜਿਹੜੀ ਕਿਰਪਾਨ ਭੇਟ ਹੁੰਦੀ ਨਾ, ਕਿਸੇ ਨੇ ਆਖਿਆ ਸੀ ਵੀ ਇਹਦਾ ਕੀ ਫਾਇਦਾ, ਇਹ ਤਾਂ ਸ਼ਬਦ ਗੁਰੂ ਹੈ, ਅਤੇ ਆਪਾਂ ਕਹਿੰਦੇ ਹੁਣ ਲਾਓ ਭੋਗ ਆ ਰਾਏ। ਉਹਨਾਂ ਨੇ ਫਿਰ ਆਪਣੀਆਂ ਜੋ ਵੀ ਉਹਨਾਂ ਦੇ ਕੋਲ ਟੈਕਨੋਲੋਜੀ ਸੀ ਲਿਆਂਦੀ, ਪਹਿਲਾਂ ਉਹਨਾਂ ਨੇ ਉਹ ਪ੍ਰਸ਼ਾਦ ਚੈੱਕ ਕੀਤਾ ਜਿਹਦੇ 'ਚ ਕਿਰਪਾਨ ਨਹੀਂ ਭੇਟ ਹੋਈ, ਅਰਦਾਸ ਨਹੀਂ ਹੋਈ। ਬਾਅਦ ਵਿੱਚ ਉਹਨਾਂ ਉਹੀ ਪ੍ਰਸ਼ਾਦ ਚੈੱਕ ਕੀਤਾ ਜਿਹਦੇ 'ਚ ਅਰਦਾਸ ਕਿਰਪਾਨ ਹੋਈ, ਦੋ ਪ੍ਰਸ਼ਾਦਾਂ ਦੇ ਵਿੱਚ ਜਿਵੇਂ ਅਸਮਾਨ ਦਾ ਫਰਕ ਪੈ ਗਿਆ। ਕਹਿੰਦੇ ਵਾਕਿਆ ਅਸਰ ਹੈ ਕੁਝ ਇਹ ਕਿਰਪਾਨ ਦੇ ਵਿੱਚ, ਇਹਨੂੰ ਐਵੇਂ ਨਾ ਏਡਾ ਕੁ ਟੁਕੜਾ ਸਮਝਿਓ, ਇਹ ਸਭ ਤੋਂ ਪਿਆਰਾ ਗਿਫਟ ਹੈ ਮੇਰੇ ਗੁਰੂ ਗੋਬਿੰਦ ਸਿੰਘ ਦਾ, ਅਤੇ ਮੈਨੂੰ ਮਾਫ਼ ਕਰ ਦਿਆ ਕਰੋ। ਮੈਂ ਤਾਂ ਕਹਿੰਦਾ ਨਾ ਵੀ ਜਿੰਨਾ ਅੰਮ੍ਰਿਤ ਛਕਿਆ ਉੱਤੋਂ ਦੀ ਪਾ ਲਿਆ ਕਰੋ। ਕਈ ਵਾਰੀ ਕਾਹਲੀ ਕਾਹਲੀ ਅੱਜ ਤਾਂ ਮੇਰਾ ਵੀ ਹੇਠ ਦੀ ਰਹਿ ਗਿਆ, ਛੇਤੀ ਚੱਕ ਸਤਨਾਮ। ਮੈਂ ਜਦੋਂ ਅੰਦਰ ਆਇਆ ਤਾਂ ਨਜ਼ਰ ਫੇਰ ਆਇਆ, ਕਈ ਵਾਰੀ ਲੇਟ ਹੋਇਆ ਬੰਦਾ ਨਾ, ਉਹ ਵੱਖਰੀ ਗੱਲ ਹੈ। ਪਰ ਕਈ ਵਾਰੀ ਆਪਾਂ ਵਿਆਹ ਸ਼ਾਦੀ ਜਾਂਦੇ ਉੱਪਰ ਦੀ ਰੱਖਿਆ ਕਰੋ, ਕਿਉਂਕਿ ਉੱਥੇ ਆਪਾਂ ਲਕਾਲੀ ਨੇ, ਕਈਆਂ ਨੇ ਡੋਰੀ ਵਾਲੀ ਛੋਟੀ ਜਿਹੀ ਪਾਈ ਹੁੰਦੀ ਥੱਲੇ, ਉਹ ਫਿਰ ਪੁੱਛੀਦਾ ਵੀ ਅੰਮ੍ਰਿਤ ਛਕਿਆ ਕਿ ਨਹੀਂ ਛਕਿਆ, ਉਹ ਦੀਦੀ ਕਿਉਂ ਨਹੀਂ ਹੈ? ਇਹ ਰੱਬ ਦਾ ਗਿਫਟ ਹੈ, ਇਹਨੂੰ ਆਪਾਂ ਤਾਂ ਨਹੀਂ ਉੱਪਰ ਦੀ ਕਰਦੇ ਕਿ ਮੈਨੂੰ ਲੋਕ ਕਹਿਣਗੇ ਤੂੰ ਬਾਬਾ ਬਣ ਗਈ ਭੈਣੇ, ਤੁਸੀਂ ਬਾਬੇ ਬਣ ਗਏ ਹੋ। ਬਾਬਾ ਸ਼ਬਦ ਬੜਾ ਮਹਿੰਗਾ ਏ, ਅੱਜ ਦੁਨੀਆ ਵਕਾਰਾਂ ਨਾਲ ਸੜੀ ਪਈ, ਪੁੱਠੇ ਕੰਮਾਂ 'ਚ ਲੱਗੀ, ਤਾਂ ਕਰਕੇ ਇਹਨੂੰ ਲੁਕਾਉਂਦੇ ਹੈ ਕਿ ਉੱਪਰ ਦੀ ਹੋਇਆ ਅਤੇ ਖਰੇ ਪਤਾ ਨਹੀਂ ਹੁਣ ਅੱਗੇ ਕੀ ਜਾਣਾ ਕੋ ਸਤਨਾਮ। ਤੋਂ ਨਹੀਂ, ਗੁਰੂ ਮਿਲੇ ਦਾ ਮੇਲਾ, ਪਿਆਰ ਦੇ ਮਿਲੇ ਦਾ ਚੇਲਾ, ਸੋ ਮਨ ਮਿਲੇ ਦੀ ਗੱਲ ਖੇਡ ਬਾਰੇ ਕਿਰਪਾ ਕਰਨ। ਪਾਤਸ਼ਾਹ ਕਹਿੰਦੇ ਗੁੜ ਬਾਅਦ 'ਚ ਖਾਂਦੇ, ਪਹਿਲਾਂ ਸੁਣ ਤੇ ਲਈਏ। ਕਹਿੰਦਾ ਕੀ ਹੈ? ਕਹਿੰਦੇ ਬਾਬਾ ਬਹਾਨਾ ਨਾ ਬਣਾਇਆ, ਮੈਨੂੰ ਭੁੱਖ ਲੱਗੀ, ਕਦੇ ਗੁੜ ਵੀ ਕੁਝ ਕਹਿੰਦਾ ਹੁੰਦਾ, ਫਿਰ ਤੁਸੀਂ ਉਹ ਗੱਲ ਮਾਰੀ। ਕਹਿੰਦੇ ਕਹਿੰਦਾ ਹੀ, ਕਹਿੰਦੇ ਫਿਰ ਪਾਤਸ਼ਾਹ ਚਲੋ ਦੱਸ ਦਿਓ। ਮਰਦਾਨੇ ਰਬਾਬ ਛੇੜੀ ਅਤੇ ਮਹਾਰਾਜ ਨੇ ਸ਼ਬਦ ਉਚਾਰਿਆ, ਮੇਰੇ ਪਾਤਸ਼ਾਹ ਕਹਿੰਦੇ ਵੇਖ ਜੇ ਮਿੱਠਾ ਕੱਟਿਆ, ਕੱਟ ਕੁੱਟ ਬੱਧਾ ਪਾਏ,
ਖੁੰਡਾਂ ਅੰਦਰ ਰੱਖ ਕੇ ਦੇਣ ਸੋ ਮੱਲ ਸਜਾਏ, ਰਸ ਕਸ ਟਟਰ ਪਾਈਐ ਤਪੈ ਤੈ ਵਿਲ ਲਾਏ, ਭੀ ਸੋ ਫੋਗ ਸੰਭਾਲੀਐ ਦਿੱਚੈ ਅੱਗ ਜਲਾਏ, ਨਾਨਕ ਮਿੱਠੇ ਪਤਰਿਆ ਵੇਖੋ ਲੋਕਾਂ ਆਏ। ਬਾਬਾ ਇਹ ਕੀ ਮਹਾਰਾਜ ਕਹਿੰਦੇ ਗੁੜ ਦੀ ਬੋਲੀ ਸਮਝ ਨਹੀਂ, ਗੁਰੂ ਨਾਨਕ ਪੰਛੀਆਂ ਦੀ ਬੋਲੀ, ਹਵਾ ਦੀ ਬੋਲੀ, ਦਰਿਆ ਦੀ ਬੋਲੀ ਸੁਣ ਲੈਂਦਾ ਸੀ ਮੇਰਾ ਬਾਬਾ, ਆਪਾਂ ਨੂੰ ਤਾਂ ਇੱਕ ਦੂਜੇ ਦੀ ਨਹੀਂ ਸੁਣਦੀ। ਕਹਿੰਦੇ ਮਹਾਰਾਜ ਦੇ ਅਰਥ ਦੱਸੋ, ਜਿੰਨੇ ਉੱਥੇ ਕੜਾਏ 'ਤੇ ਬੈਠੇ ਸਾਰੇ ਆ ਗਏ। ਮਹਾਰਾਜ ਕਹਿੰਦੇ ਛਕਾਓ ਬਾਅਦ 'ਚ ਰਹੋ ਅਤੇ ਗੁੜ ਪਹਿਲਾਂ ਸੁਣ ਲਓ। ਕਹਿੰਦੇ ਇਸ ਗੁੜ ਨੇ ਮੈਨੂੰ ਇਹ ਬੇਨਤੀ ਕੀਤੀ ਕਿ ਬਾਬਾ ਧੰਨ ਤੂੰ ਅੱਜ ਮੇਰੇ ਕੋਲ ਆ ਗਿਆ, ਮੈਨੂੰ ਬਖਸ਼ ਲਈ। ਕਹਿੰਦੇ ਮੈਂ ਮਾਣ ਕੀਤਾ ਸੀ ਜਦੋਂ ਮੈਨੂੰ ਲਾਇਆ ਸੀ ਨਾ ਖੇਤਾਂ 'ਚ, ਅਜੇ ਮੈਂ 3 ਕੁ ਫੁੱਟ ਹੋਇਆ ਸੀ ਅਤੇ ਮੈਂ ਅੱਖਾਂ ਵਿਖਾਉਣੀਆਂ ਸ਼ੁਰੂ ਕੀਤੀਆਂ। ਅੱਖਾਂ ਪਤਾ ਕੀ ਹੁੰਦੀਆਂ, ਗੰਨੇ ਦੇ ਉੱਤੇ ਛੋਟੇ ਛੋਟੇ ਨਿਕਲੇ ਹੋਏ ਹੈ, ਹਾਂ, ਅਤੇ ਉਹ ਅੱਖਾਂ ਵਿਖਾਈਆਂ, ਹੁਣ ਆਪਾਂ ਵੀ ਥੋੜ੍ਹੀਆਂ ਅੱਖਾਂ ਵਿਖਾਉਣੀਆਂ ਕਿਤੇ ਇੱਦਾਂ ਵੇਖੀਦਾ, ਐਂ ਕਰਕੇ ਕਹਿੰਦੇ ਕਿਤੇ ਮਰ ਜੇ ਨਾ ਆਖੋ ਸਤਨਾ, ਕਿਤੇ ਖਤਮ ਹੋ ਜੇ ਨਾ। ਤੋ ਇਸ ਕਰਕੇ ਭਾਵਨਾ ਹੀ ਇੱਦਾਂ ਦੀ ਹੈ, ਤੂੰ ਪਿਆਰ ਮਾਰੇ ਵਧਾਉਣ। ਕਹਿੰਦੇ ਮੈਂ ਬੀਜਿਆ ਅਤੇ ਮੈਂ ਛੋਟਾ ਜਿਹਾ ਸੀ ਅਤੇ ਅੱਖਾਂ ਵਿਖਾਉਣੀਆਂ ਸ਼ੁਰੂ ਕਰਤੀਆਂ। ਕਹਿੰਦੇ ਫਿਰ ਮੇਰੇ ਵਿੱਚ ਰਸ ਭਰਿਆ ਅਤੇ ਮੈਨੂੰ ਇੰਨਾ ਰਸ ਦਾ ਨਸ਼ਾ ਚੜ੍ਹ ਗਿਆ, ਹੰਕਾਰ ਹੋ ਗਿਆ ਕਈਆਂ ਨੂੰ ਆਪਣੇ ਸੋਹਣੇ ਪਨ ਦਾ। ਜੇ ਕੋਈ ਉੱਦਾਂ ਵੀ ਬੁਲਾ ਲਏ ਨਾ ਤਾਂ ਉਹਦਾ ਖਰੇ ਮੈਂ ਸੋਹਣਾ ਤਾਂ ਮੈਨੂੰ ਇੱਦਾਂ ਕਰਦੇ, ਉਹ ਮਾਣ ਕਰਨਗੇ ਸਗੋਂ ਅੱਗੋਂ ਬੋਲਦੇ ਨਹੀਂ ਹੈ, ਕਾਹਦਾ ਮਾਣ ਕਰਦਾ ਏ, ਤੇਰਾ ਮੇਰਾ ਮੁਸਾਫਰਾ ਕੀ ਝਗੜਾ, ਕੀ ਝਗੜਾ ਆਪਣਾ, ਨਾ ਤੂੰ ਰਹਿਣਾ ਨਾ ਸੜ ਜਾਣਾ ਸਭ ਨੇ, ਜੋ ਲਿਖਿਆ ਵਿੱਚ ਮੁਕੱਦਰਾਂ ਦੇ ਉਹੀਓ ਤੂੰ ਲੈਣਾ ਅਤੇ ਉਹੀਓ, ਤੇਰਾ ਮੇਰਾ ਮੁਸਾਫਰਾ ਕੀ ਝਗੜਾ, ਨਾ ਤੂੰ ਰਹਿਣਾ ਅਤੇ ਨਾ। ਜਦੋਂ ਸਮਾਂ ਆ ਗਿਆ ਤੁਰ ਜਾਣਾ ਆਪਾਂ ਪ੍ਰਾਹੁਣੇ ਮੇਲ ਇੱਕ ਦੂਜੇ ਨਾਲ ਪ੍ਰੇਮ। ਤੋ ਕਹਿੰਦੇ ਰਸ ਦਾ ਮਾਣ ਕੀਤਾ, ਕਈਆਂ ਨੂੰ ਜੋਬਨ ਪੈਸੇ ਦੀ ਬੜੀ ਬੜੀ ਜ਼ਿਆਦਾ ਹੰਕਾਰ ਦੀ ਬੋਹ ਹੈ। ਕਈ ਵਾਰੀ ਪੰਗਤ 'ਚ ਬੈਠੇ ਹੋਣਗੇ, ਲਾਗੇ ਕੋਈ ਉਹੋ ਜਿਹਾ ਆ ਜਾਵੇ ਅਤੇ ਉੱਠ ਕੇ ਕਈ ਪਾਸੇ ਹੋ ਜਾਂਦੇ ਪੰਗਤ 'ਚੋਂ, ਇੰਨਾ ਹੰਕਾਰੀ ਕੋ। ਕਹਿੰਦੇ ਬਾਬਾ ਕਹਿੰਦਾ ਗੰਨੇ ਨੇ ਰਸ ਦਾ ਮਾਣ ਕੀਤਾ ਅਤੇ ਅੱਖਾਂ ਵਿਖਾਈਆਂ, ਭਰ ਗਿਆ ਰਸ ਦੇ ਨਾਲ, ਅਤੇ ਜਦੋਂ ਰਸ ਦਾ ਹੰਕਾਰ ਕੀਤਾ ਫਿਰ ਕਿਸਾਨ ਆਇਆ ਦਾਤਰ ਲੈ ਕੇ ਅਤੇ ਉਹਨੇ ਜੜ੍ਹਾਂ ਤੋਂ ਵੱਢ ਲਿਆ। ਜਦੋਂ ਵੱਢ ਲਿਆ ਕਹਿੰਦੇ ਵੇਖ ਜੇ ਮਿੱਠਾ ਕੱਟਿਆ, ਕੱਟ ਕੁੱਟ ਫਿਰ ਟੋਟੇ ਕਰਕੇ ਪੋਰੀਆਂ ਦੇ ਪੰਡ ਬੰਨ ਲਈ ਅਤੇ ਕਿੱਥੇ ਲੈ ਗਿਆ, ਜਿੱਥੇ ਵੇਲਣਾ ਚੱਲਦਾ ਸੀ। ਜਦੋਂ ਵੇਲਣੇ ਵੱਲ ਗੰਨੇ ਨੇ ਵੇਖਿਆ ਅਤੇ ਤਰੇਲੀਆਂ ਪੈ ਗਈਆਂ, ਵੀ ਮੈਂ ਤਾਂ ਬੜਾ ਹੰਕਾਰ ਮਾਣ ਕਰਦਾ ਸੀ, ਹੁਣ ਕਿੱਥੇ ਭਜੂ। ਮਹਾਰਾਜ ਕਹਿੰਦੇ ਅੱਜ ਕਰ ਲਾ, ਕਰ ਲਾ ਕੇਸਾਂ ਦੀ ਬੇਅਦਬੀ, ਕਰ ਲਾ ਮਾਣਾਈਆਂ, ਘੁੰਮ ਲਾ, ਜਿੱਦਣ ਵੇਲਣਾ ਮੌਤ ਦਾ ਆਇਆ ਤਰੇਲੀ ਤਾਂ ਉੱਥੇ ਪੈਣੀ। ਕਈ ਕਹਿਣਗੇ ਬਾਬਾ ਅਸੀਂ ਆਪਣਾ ਕਰਦੇ, ਮੈਂ ਕਿਹਾ ਵੀ ਤੁਹਾਡਾ ਢਿੱਡ ਪੀੜ ਹੁੰਦਾ ਹੈ, ਤੁਸੀਂ ਨਾ ਆਪ ਕਰਨਾ ਕਿਸੇ ਨੂੰ ਤਾਂ ਕਰਨ ਦਿਓ, ਹੁਣ ਇਹਦੇ ਅਰਥ ਸਮਝਿਓ ਧਿਆਨ ਨਾ। ਮਹਾਰਾਜ ਸਾਹਿਬ ਕਹਿੰਦੇ ਜਦੋਂ ਗੰਨੇ ਨੇ ਰਸ ਦਾ ਅਤੇ ਅੱਖਾਂ ਵਿਖਾਈਆਂ ਅਤੇ ਕਿਸਾਨ ਨੇ ਕੱਟਿਆ, ਜਦੋਂ ਵੇਲਣੇ ਦੇ ਕੋਲ ਖੜਿਆ ਅਤੇ ਤਰੇਲੀ ਪੈ ਗਈ, ਕਹਿੰਦੇ ਰਸ ਕਸ ਟਟਰ ਪਾਈ ਹੈ, ਜਦੋਂ ਫੜ ਕੇ ਗਲੋਂ ਵੇਲਣੇ ਦੇ ਵਿੱਚ ਦਿੱਤਾ, ਸਾਰਾ ਹੀ ਨਿਚੋੜ ਕੇ ਰੱਖਤਾ। ਆਪਾਂ ਨੂੰ ਜਦੋਂ ਅੱਗ 'ਚ ਰੱਖਿਆ ਉਹਨੇ ਛੱਡਣਾ ਥੋੜ੍ਹਾ ਕੁਛ। ਬਾਣੀ ਕੀ ਕਹਿੰਦੀ ਹੈ, ਹਾਡ ਜਲੇ ਜਿਉਂ, ਕਹਿੰਦੀ ਆ ਗੋਰੇ ਗੋਰੇ ਹੱਡ ਇੱਦਾਂ ਸੜ ਜਾਣੇ ਜਿਵੇਂ ਲੱਕੜਾਂ, ਕੇਸ ਜਲੇ, ਕਈਆਂ ਦੇ ਕੇਸ ਬੜੇ ਸੁੰਦਰ ਹੁੰਦੇ ਹੈ, ਰੱਬ ਦੀ ਨਿਆਮਤ ਹੁੰਦੀ ਕਈਆਂ 'ਤੇ, ਬੜੀ ਕਿਰਪਾ ਭੈਣਾਂ ਵੀਰਾਂ 'ਤੇ, ਉਹਨਾਂ ਦੇ ਕੇਸ ਧਰਤੀ ਨਾਲ ਲੱਗਦੇ ਹੈ, ਇਹ ਰਹਿਮਤ ਹੈ। ਮਹਾਰਾਜ ਦਾ ਤੋਹਫ਼ਾ ਹੁੰਦਾ ਵੀ ਸੁੰਦਰਤਾ ਦਾ ਇੱਕ ਗੁਣ ਹੈ, ਜਿੱਥੇ 32 ਗੁਣ ਸੁੰਦਰਤਾ ਦੇ ਮੰਨੇ ਜਾਂਦੇ ਆ ਵੀ ਇੱਕ ਗੁਣ, ਕੇਸ ਨਾ ਹੋਣ 'ਤੇ ਸੁੰਦਰਤਾ ਅਧੂਰੀ ਰਹਿ ਜਾਂਦੀ ਹੈ। ਕਈਆਂ ਦਾ ਚਿਹਰਾ ਇੰਨਾ ਸੁੰਦਰ ਹੁੰਦਾ ਭੈਣਾਂ ਵੀਰਾਂ ਦਾ, ਕੇਸ ਨਹੀਂ ਹੈਗੇ, ਕੇਸਾਂ ਤੋਂ ਕਰੂਪ ਹੈ, ਕਈਆਂ ਦਾ ਰੰਗ ਭਾਵੇਂ ਕਾਲਾ, ਕੇਸ ਬੜੇ ਸੁੰਦਰ ਹੁੰਦੇ ਲੰਮੇ ਲੰਮੇ ਤਾਂ ਬਹੁਤ, ਉਹਦੇ ਨਾਲ ਬੰਦੇ ਦੀ ਦੁੱਗਣੀ ਬਖਸ਼ਿਸ਼ ਵੱਧਦੀ।
ਤੋ ਕਹਿੰਦੇ ਜਦੋਂ ਗੰਨੇ ਨੂੰ ਵੇਲਣੇ ਦੇ ਵਿੱਚ ਪਾਇਆ ਉਹਨੇ ਪੀਤਾ, ਇੱਕ ਪਾਸੇ ਰਸ ਨਿਕਲ ਗਿਆ, ਦੂਜੇ ਪਾਸੇ ਛਿੱਲੜਾਂ ਨਿਕਲ ਗਈਆਂ। ਉੱਥੇ ਬਸ ਨਹੀਂ ਹੋਈ, ਰਸ ਨੂੰ ਕੜਾਹੀ 'ਚ ਪਾ ਕੇ ਅਤੇ ਜਿਹੜਾ ਉਹਦਾ ਛਿਲਕਾ ਲੱਥਾ ਸੀ ਨਾ, ਭੀ ਸੋ ਫੋਗ ਸੰਭਾਲੀਏ, ਕਿਸਾਨ ਕਹਿੰਦਾ ਇਹਨੂੰ ਵੀ ਸੁੱਟਣਾ ਨਹੀਂ, ਇਹਨੂੰ ਸੁਕਾਓ, ਚੁੱਲ੍ਹੇ 'ਚ ਡਾਹਤਾ। ਜਿਹੜੇ ਤਨ ਦਾ ਮਾਣ ਕਰਦਾ ਸੀ ਗੰਨਾ, ਉਹ ਛਿੱਲ ਨੂੰ ਸੁਕਾ ਕੇ ਜਿਹਨੂੰ ਆਪਾਂ ਖੋਰੀ ਕਹਿੰਦੇ ਹਾਂ ਉਹਨੂੰ ਥੱਲੇ ਲਾ ਦਿੱਤਾ, ਜਿਹੜਾ ਰਸ ਸੀ ਕੜਾਹੀ 'ਚ ਪਾ ਕੇ ਜਦੋਂ ਉਹਦੇ ਸਰੀਰ ਨੇ ਉਹਨੂੰ ਸਾੜਿਆ, ਦਬਾ ਦਬਾ ਕੇ ਰੋਹ ਨੂੰ ਰਾੜ ਰਾੜ ਕੇ, ਅਤੇ ਫਿਰ ਜਾ ਕੇ ਜਦੋਂ ਬਾਬੇ ਦੀ ਕਥਾ ਸੰਪੂਰਨ ਹੋਈ, ਮਾਰੇ ਕਹਿੰਦੇ ਮਰਦਾਨਿਆ ਕੀ ਹੋਇਆ, ਕਹਿੰਦਾ ਬਾਬਾ ਭੁੱਖ ਹੀ ਖਤਮ ਹੋ ਗਈ ਆਖੋ ਸਤਾ। ਮਹਾਰਾਜ ਕਹਿੰਦੇ ਹੁਣ ਨਹੀਂ, ਕਹਿੰਦਾ ਤੂੰ ਤਾਂ ਕਹਿੰਦਾ ਸੀ ਗੁੜ, ਕਹਿੰਦਾ ਮੈਨੂੰ ਛੇਤੀ ਛੇਤੀ ਖਾ ਲਓ। ਮਹਾਰਾਜ ਕਹਿੰਦੇ ਸੱਚੇ ਪਾਤਸ਼ਾਹ ਤੇਰੀਆਂ ਰਮਜਾਂ ਬੜੀਆਂ ਡੂੰਘੀਆਂ, ਮੈਂ ਤਾਂ ਤੈਨੂੰ ਦੇਖਿਆ ਤੂੰ ਖੁਦਾਏ ਦੇਖਿਆ, ਮੈਂ ਤੇਰਾ ਡੂਮ ਤੂੰ ਖੁਦਾਏ ਦਾ ਡੂਮ, ਮੈਂ ਤੈਨੂੰ ਪਾਇਆ ਬਾਬਾ ਤੂੰ ਰੱਬ ਨੂੰ ਪਾਇਆ, ਤੇਰੇ ਮੇਰੇ ਵਿੱਚ ਕਾਹੀ ਅੰਤਰ ਨਾਹੀਂ, ਬਸ ਥੋੜ੍ਹਾ ਹੀ ਅੰਤਰ ਹੈ। ਬਾਬੇ ਨਾਨਕ ਨੇ ਛਾਤੀ ਨਾਲ ਲਾ ਕੇ ਆਖਿਆ ਮਰਦਾਨਿਆ ਇੱਦਾਂ ਨਹੀਂ ਕਹਿਣਾ, ਤੇਰੇ ਮੇਰੇ ਵਿੱਚ ਥੋੜ੍ਹਾ ਵੀ ਅੰਤਰ ਨਹੀਂ, ਤੂੰ ਮੇਰਾ ਹੀ ਅਤੇ ਮੈਂ ਤੇਰਾ ਹੀ, ਆਪਾਂ ਇੱਕੋ ਜਿਹੇ ਭਾਈ ਹੋਏ ਆਹੇ, ਐਸੇ ਬਚਨ ਮਹਾਰਾਜ ਨੇ ਕੀਤੇ। ਫਿਰ ਸਾਰਿਆਂ ਨੂੰ ਗੁੜ ਛਕਾਇਆ, ਉਦਾਹਰਨ ਦੇ ਦਿੱਤੀ ਵੀ ਕਦੇ ਮਾਣ ਨਾ ਕਰਿਓ ਆਪਣੇ ਪੈਸੇ ਜਵਾਨੀ ਦਾ, ਕਿਉਂਕਿ ਇੱਥੇ ਮਾਣ ਵਾਲੇ ਕਈ ਆਏ। ਸਾਰਿਆਂ ਨੂੰ ਇੱਦਾਂ ਫਿਰ ਸਜ਼ਾ ਮਿਲਦੀ ਹੈ, ਇਹ ਰੱਬ ਦੇ ਦਿੱਤੇ ਗਿਫਟ ਨੇ, ਵਿਦਿਆ ਜੋਬਣ ਧਨ ਜ਼ਮੀਨ, ਇਹਦਾ ਮਾਣ ਕੋ ਨਹੀਂ ਕਰਨਾ, ਸਗੋਂ ਆਪਣੇ ਤੋਂ ਨੀਵੇਂ ਦੀ ਬਾਂਹ ਫੜ ਕੇ ਉਹਨੂੰ ਨਾਲ ਲੈ ਕੇ ਚਲੋ, ਕਰ ਭਲਾ ਅੰਤ ਭਲੇ ਦਾ, ਉਹ ਭਲਾ ਗੁਰੂ ਨਾਨਕ ਦੇ ਘਰ ਮੰਗਿਆ ਜਾਂਦਾ। ਆਓ ਸਾਰੀ ਸੰਗਤ ਕਿਰਪਾ ਕਰੋ, ਜੁੜੋ ਜੀ ਵਾਹਿਗੁਰੂ।